ਪਿੰਡ ਰਾਮਗੜ੍ਹ ਸਰਦਾਰਾਂ ਚ ਪਹੁੰਚੀ ਹੈ ਸ਼ਹੀਦ ਅਗਨੀਵੀਰ ਅਜੇ ਸਿੰਘ ਦੀ ਮ੍ਰਿਤਕ ਦੇਹ। ਥੋੜੀ ਦੇਰ ਚ ਸਰਕਾਰੀ ਸਨਮਾਨ ਦੇ ਨਾਲ ਅੰਤਮ ਸੰਸਕਾਰ ਕੀਤਾ ਜਾਵੇਗਾ। ਫੌਜ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਰਧਾਂਜਲੀ ਦਿੱਤੀ ਹੈ। ਰਾਜੌਰੀ ਚ ਹੋਏ ਲੈਂਡਮਾਈਨ ਬਲਾਸਟ ਦੇ ਵਿੱਚ ਸ਼ਹੀਦ ਹੋਇਆ ਸੀ ਅਜੇ ਸਿੰਘ। ਲੈਂਡਮਾਈਨ ਬਲਾਸਟ ਹੋਇਆ ਸੀ ਰਾਜੌਰੀ ਦੇ ਵਿੱਚ, ਤਦ ਸ਼ਹੀਦੀ ਪਾ ਗਏ ਸੀ। ਫੌਜ ਦੇ ਅਧਿਕਾਰੀ ਪਹੁੰਚ ਚੁੱਕੇ ਨੇ, ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਨੇ। ਕੁਝ ਸਮੇਂ ਦੇ ਵਿੱਚ ਅੰਤਮ ਸੰਸਕਾਰ ਸ਼ਹੀਦ ਅਗਨੀਵੀਰ ਅਜੇ ਸਿੰਘ ਦਾ ਕੀਤਾ ਜਾਏਗਾ। 6 ਭੈਣਾਂ ਤੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਅਗਨੀਵੀਰ ਅਜੇ ਸਿੰਘ। ਅੱਜ ਅੰਤਮ ਸੰਸਕਾਰ ਆ ਜਿਹੜਾ ਉਹ ਕੀਤਾ ਜਾਏਗਾ। ਪਿੰਡ ਮ੍ਰਿਤਕ ਦੇਹ ਪਹੁੰਚ ਚੁੱਕੀ ਹੈ। ਜੰਮੂ ਕਸ਼ਮੀਰ 'ਚ ਰਾਜੌਰੀ ਦੇ ਨੌਸ਼ਹਿਰਾ ਸਰਹੱਦ 'ਤੇ ਕੱਲ੍ਹ ਬਾਰੂਦੀ ਸੁਰੰਗ ਫਟਣ ਨਾਲ ਸ਼ਹੀਦ ਹੋਇਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਅਗਨੀਵੀਰ ਅਜੇ ਸਿੰਘ। ਪਰਿਵਾਰ 'ਚ 6 ਭੈਣਾਂ ਦਾ ਇਕਲੌਤਾ ਸਹਾਰਾ ਸੀ। ਸੋਗ ਦੇ ਵਿੱਚ ਡੁੱਬਿਆ ਪਰਿਵਾਰ ਅਤੇ ਅੱਜ ਜਿਹੜਾ ਅੰਤਮ ਸੰਸਕਾਰ ਕੀਤਾ ਜਾਏਗਾ। ਉਸਦਾ ਪਿਤਾ ਦਿਹਾੜੀਦਾਰ ਹੈ, ਮਾਂ ਛੋਟੇ ਮੋਟੇ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਹੈ। ਸਹਿਯੋਗੀ ਧਰਮਿੰਦਰ ਸਾਡੇ ਨਾਲ ਜੁੜ ਚੁੱਕੇ ਨੇ, ਰੁੱਖ ਕਰ ਲੈਂਦੇ ਹਾਂ। ਧਰਮਿੰਦਰ, ਅੱਜ ਅੰਤਮ ਸੰਸਕਾਰ ਹੈ, ਕੀ ਕੁਛ ਜਾਣਕਾਰੀ ਹੈ ਤਾਂ ਕੀ ਕੁਛ ਤਸਵੀਰਾਂ ਨੇ? ਜ਼ਾਹਿਰ ਤੌਰ ਤੇ ਮਾਹੌਲ ਗਮਕੀਨ ਹੋਏਗਾ। ਹਾਂਜੀ ਬਿਲਕੁਲ, ਜਿਹੜੀ ਆ ਅਜੇ ਸਿੰਘ ਦੀ ਸ਼ਹਾਦਤ ਤੋਂ ਬਾਅਦ ਆ ਪੂਰੇ ਇਲਾਕੇ ਦੇ ਵਿੱਚ ਗਮਗੀਨ ਮਾਹੌਲ ਆ। ਥੋੜੀ ਦੇਰ ਬਾਅਦ ਪਿੰਡ ਦੇ ਸ਼ਮਸ਼ਾਨ ਘਾਟ ਤੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਲਕਾ ਵਿਧਾਇਕ ਪੁੱਜ ਗਏ ਨੇ ਤੇ ਜ਼ਿਲ੍ਹੇ ਦੇ ਡੀਸੀ ਤੇ ਐਸਐਸਪੀ ਵੀ ਥੋੜੀ ਦੇਰ ਬਾਅਦ ਇੱਥੇ ਆਉਣਗੇ, ਜਿਸ ਤੋਂ ਬਾਅਦ ਫੌਜ ਦੇ ਨਾਲ ਨਾਲ ਪੰਜਾਬ ਪੁਲਿਸ ਦੀ ਟੁਕੜੀ ਵੀ ਜਿਹੜੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰੇਗੀ। ਕਿੰਨੇ ਵਜੇ ਤੱਕ ਅੰਤਮ ਸੰਸਕਾਰ ਕੀਤਾ ਜਾਣਾ ਧਰਮਿੰਦਰ? ਜਿਹੜੀ ਪ੍ਰਸ਼ਾਸਨਿਕ ਤੋਂ ਜਿਹੜੀ ਸੂਚਨਾ ਮਿਲੀ ਹੈ ਉਸਦੇ ਮੁਤਾਬਕ 11:30 ਵਜੇ ਦੇ ਕਰੀਬ ਜਿਹੜਾ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਸ ਤੋਂ ਬਾਅਦ ਜਿਹੜੇ ਡੀਸੀ ਲੁਧਿਆਣਾ ਨੇ ਉਹ ਵੀ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਤੇ ਪੀਐਮ ਆਫਿਸ ਤੋਂ ਜਿਹੜਾ ਸੰਦੇਸ਼ ਸ਼ਹੀਦ ਪਰਿਵਾਰ ਦੇ ਲਈ ਆਇਆ ਉਹ ਵੀ ਜਿਹੜਾ ਪਰਿਵਾਰ ਤੱਕ ਡੀਸੀ ਵੱਲੋਂ ਪਹੁੰਚਾਇਆ ਜਾਵੇਗਾ ਤੇ 1-2 ਦਿਨਾਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੀ ਪਰਿਵਾਰ ਦੇ ਨਾਲ ਆ ਕੇ ਦੁੱਖ ਸਾਂਝਾ ਕਰਨਗੇ। ਜੀ, ਇੱਕ ਚੀਜ਼ ਅਸੀਂ ਇਹ ਵੀ ਜਾਣਨਾ ਚਾਹਾਂਗੇ, ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਅਜੇ ਸਿੰਘ ਕਦੋਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਅਤੇ ਸ਼ਹਾਦਤ ਤੋਂ ਪਹਿਲਾਂ ਉਸਦੀ ਆਪਣੇ ਪਰਿਵਾਰ ਦੇ ਨਾਲ ਕਦ ਗੱਲ ਹੋਈ ਸੀ ਤੇ ਕੀ ਗੱਲ ਹੋਈ ਸੀ? ਤੇ ਅਜੇ ਸਿੰਘ ਜਿਹੜਾ ਫਰਵਰੀ 2022 ਦੇ ਵਿੱਚ ਬਤੌਰ ਅਗਨੀਵੀਰ ਭਰਤੀ ਹੋਇਆ ਸੀ ਤੇ ਹਾਲ ਹੀ ਵਿੱਚ ਅਗਸਤ ਦੇ ਵਿੱਚ ਜਿਹੜਾ ਉਹ ਆਪਣੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਆਪਣਾ ਆਖਰੀ ਜਨਮ ਦਿਨ ਜਿਹੜਾ 25 ਅਗਸਤ ਨੂੰ ਮਨਾਉਣ ਤੋਂ ਬਾਅਦ ਉਹ ਬਾਰਡਰ ਤੇ ਗਿਆ ਸੀ। ਉਸ ਤੋਂ ਬਾਅਦ ਜਿਹੜੀ ਆ ਸ਼ਹਾਦਤ ਤੋਂ 1 ਦਿਨ ਪਹਿਲਾਂ ਹੀ ਉਸਦੀ ਆਪਣੀ ਮਾਂ ਦੇ ਨਾਲ ਵੀਡੀਓ ਕਾਲ ਤੇ ਗੱਲ ਹੋਈ ਸੀ ਤੇ ਉਸਨੇ ਕਿਹਾ ਸੀ ਕਿ ਸਭ ਠੀਕ ਠਾਕ ਹੈ, ਪਰੰਤੂ ਉਸੇ ਦਿਨ ਸ਼ਾਮ ਨੂੰ ਜਿਹੜਾ ਪਰਿਵਾਰ ਨੂੰ ਸ਼ਹਾਦਤ ਦੀ ਜਿਹੜੀ ਸੂਚਨਾ ਮਿਲੀ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ। ਅਸੀਂ ਅਪਡੇਟਸ ਤੁਹਾਡੇ ਤੋਂ ਲੈਂਦੇ ਰਹਾਂਗੇ। ਤਾਂ ਖੰਨਾ ਸ਼ਹੀਦ ਅਗਨੀਵੀਰ ਸਿੰਘ ਅਗਨੀਵੀਰ ਅਜੇ ਸਿੰਘ ਦੀ ਮ੍ਰਿਤਕ ਦੇਹ ਪਹੁੰਚ ਚੁੱਕੀ ਹੈ। ਕੁਝ ਸਮੇਂ ਬਾਅਦ ਅੰਤਮ ਸੰਸਕਾਰ ਕੀਤਾ ਜਾਵੇਗਾ।